ਉਹ ਜਦੋਂ ਖਿੱਚ ਲਈ ਉਹ ਤਾਂ ਫੋਕੇ ਦਾ ਫੋਕਾ ਸਾਡੇ ਵਰਗਾ ਹੋ ਗਿਆ। ਉਹ ਇਲਾਹੀ ਨਾ ਰੰਗ ਨਾ ਰੂ ਰਸ ਕੁਝ ਵੀ ਰਹਿ ਗਿਆ, ਤਾਂ ਸੁੱਕੇ ਦਾ ਸੁੱਕਾ ਰਹਿ ਗਿਆ। ਬਖਸ਼ਿਸ਼ ਤਾਂ ਜਿਹੜੀ ਸੀ ਉਹ ਖੋ ਲਈ ਉਹਨੇ, ਉਹਦਾ ਲੱਗਾ ਤੜਫਣ। ਫਿਰ ਸਿਫਾਰਿਸ਼ਾਂ ਪਵਾਵੇ ਨਾ ਭਾਈ, ਦੁੱਸ ਗਿਆ ਗੁਰੂ ਦੀ ਬੇਰ ਸਿਫਾਰਿਸ਼ਾਂ ਪਵਾਈਆਂ ਗੱਲ ਹੀ ਨਾ ਸੁਣਿਆ ਕਿਸੇ ਦੀ। ਆਖਿਰ ਉਹਨੂੰ ਪਤਾ ਲੱਗਿਆ ਕਿਸੇ ਹੋਰ ਮਹਾਂਪੁਰਖ ਨੇ ਦੱਸਿਆ ਵੀ ਤੂੰ ਗੁਰੂ ਨੂੰ ਮਨਾਉਣਾ ਹੈ ਤੇ ਕੋ ਢੰਗ ਹੈ, ਉਹਨੂੰ ਇਸ਼ਕੀਆ ਉਹ ਰੱਬ ਨਾ ਅੱਲਾ ਨਾ ਇਸ਼ਕ ਹੈਗਾ, ਉਹਦਾ ਇੰਨਾ ਇਸ਼ਕ ਹੈਗਾ ਕਿ ਉਹ ਇਸ਼ਕੀਆ ਗਾਣੇ ਸੁਣਦਾ। ਇਸ਼ਕੀਆ ਗਾਣੇ ਕੰਜਰੀਆਂ ਗਾਉਂਦੀਆਂ ਹੈਗੀਆਂ, ਵੱਡੇ ਵੱਡੇ ਅਮੀਰਜ਼ਾਦਿਆਂ ਨੂੰ ਵਾਸਤੇ ਉੱਥੇ ਮਹਿਫਲ ਹੁੰਦੀ ਹੈ ਹਫਤੇ ਚ ਦੋ ਵਾਰੀ, ਤੇ ਉੱਥੇ ਉਹ ਇਸ਼ਕ ਦੀਆਂ ਗਾਣੇ ਗਾਉਂਦੀਆਂ ਹੈਗੀਆਂ, ਨੱਚਦੀਆਂ ਹੈਗੀਆਂ। ਤੇ ਜੇ ਉਹ ਇਨਾਇਤ ਸ਼ਾਹ ਉੱਥੇ ਆਉਂਦਾ, ਉੱਥੇ ਭਾਵੇਂ ਤੈਨੂੰ ਦਰਸ਼ਨ, ਉੱਥੇ ਤੂੰ ਭਾਵੇਂ ਕਰ ਸਕਦਾ, ਹੋਰ ਕਿਤੇ ਨੀ ਕਰ ਸਕਦਾ, ਕਿਉਂਕਿ ਉਹ ਸਾਹਿਬ ਮਿਲਿਆ ਵੀ ਤੈਨੂੰ ਦਰਸ਼ਨ ਨਹੀਂ ਹੋਣੇ। ਤੇ ਦਰਸ਼ਨ ਉਹਨੇ ਕੀ ਕੀਤਾ, ਉਹਨਾਂ ਚੋਂ ਜਿਹੜੀ ਕੋਈ ਬੇਸਵਾਸ ਸੀਗੀ ਗਾਉਣ ਵਾਲੀ, ਉਹਦੇ ਘਰ ਗਿਆ, ਕਹਿੰਦੇ ਦੇਖੋ ਜੀ ਮੈਂ ਤੁਹਾਡਾ ਗੋਲਾ ਬਗੈਰ ਤਨਖਾਹ ਤੋਂ, ਤੂੰ ਸਿਰਫ ਮੈਨੂੰ ਰੋਟੀ ਕੱਪੜੇ ਦੇ ਛੱਡਿਆ ਕਰ, ਇੱਕ ਗੱਲ ਕਰ, ਮੈਨੂੰ ਆਪਣਾ ਗਾਣਾ ਸਿਖਾ ਦੇ, ਨੱਚਣਾ ਸਿਖਾ ਦੇ। 12 ਸਾਲ ਉਸ ਬੇਸਵਾ ਦੇ ਉਸਨੇ ਗੋਲਾ ਰਿਹਾ, ਦੇਖੋ ਭੁੱਖ ਕਰਦੇ ਕੀ ਫਿਰਦੇ ਸੀ, 12 ਸਾਲ ਉਸ ਬੇਸਵਾ ਰਿਹਾ ਕਰ, ਬਗੈਰ ਤਨਖਾਹ ਤੋਂ ਬਹਿ ਖਰੀਦ ਗੋਲਾ ਬਣ ਕੇ ਉਹਦਾ। ਉਸਨੇ ਗਾਣਾ ਸਿੱਖਿਆ, ਇਸਦੇ ਰੂਪ ਧਾਰ ਕੇ ਉਹ ਜੇ ਕੱਪੜੇ ਪਾ ਕੇ ਗਾਣਾ ਸਿੱਖਿਆ, ਨੱਚਣਾ ਸਿੱਖਿਆ। ਜਦੋਂ ਮਾਲ ਬਣ ਗਿਆ ਤੇ ਫਿਰ ਉੱਥੇ ਮਹਿਫਿਲ ਵਿੱਚ ਜਾ ਕੇ ਗਾਇਆ। ਤੇ ਜਦੋਂ ਕਿਤੇ ਉਹ ਆ ਗਿਆ, ਉਹਦੀ ਮੌਜ ਸੀਗੀ, ਉਹ ਨਾਇਤ ਸ਼ਾਹ ਵੀ ਆ ਗਿਆ, ਉਹ ਵੀ ਬੈਠਾ, ਉਹ ਬਾਕੀ ਤਾਂ ਅਮੀਰ, ਉਹ ਤਾਂ ਬੁੱਕਰ ਮਾਰ ਕੇ ਉੱਥੇ ਬੈਠਾ, ਬਾਕੀ ਤਾਂ ਅਮੀਰ ਆਦਮੀ, ਉਹਨਾਂ ਦਾ ਉਹਨਾਂ ਦਾ ਸ਼ੁਕਰ ਸੀਗਾ। ਇਹਦਾ ਸ਼ੁਕਰ ਸੀਗਾ ਕਿ ਉਹ ਉਸੇ ਗਾਣੇ ਨੂੰ ਆਪਣੇ ਅੱਲਾ ਨਾਲ ਜੋੜ ਲੈਂਦਾ ਸੀ, ਕਿਉਂਕਿ ਅੱਲਾ ਨਾਲ ਉਹਨੂੰ ਪਿਆਰ ਸੀ। ਉੱਥੇ ਫਿਰ ਉਹ ਬੁੱਲੇ ਸ਼ਾਹ ਵੀ ਜਨਾਨੀਆਂ ਦੇ ਕੱਪੜੇ ਪਾ ਕੇ, ਛਾਲ ਸ਼ਿੰਗਾਰ ਲਾ ਕੇ ਉਹ ਗਾਣੇ ਗਾਏ। ਉਹ ਲੋਕ ਜਿਹੜੀਆਂ ਸੀਗੀਆਂ ਨੱਚਣ ਵਾਲੀਆਂ ਬੇਸਵਾਵਾਂ, ਉਹ ਤਾਂ ਜਿਹੜੇ ਜਿੰਨੇ ਅਮੀਰ ਬੈਠੇ ਹੁੰਦੇ ਸੀ ਨਾ, ਜਦੋਂ ਉਹ ਕੀ ਕਹਿੰਦੇ ਆ ਤੋੜਾ ਝਾੜਦੇ ਸੀ, ਤਾਂ ਉਹ ਉਹਨਾਂ ਉਹ ਅਮੀਰਾਂ ਦੇ ਮੂਹਰੇ ਐਂ ਕਰਕੇ ਜਾ ਕੇ ਐਂ ਤੋੜਾ ਝਾੜਨਾ ਵੀ ਮੈਂ ਤੇਰੇ ਨਾਲ ਇਸ਼ਕ ਕਰਦੀ ਆ, ਤੇ ਉਹ ਕੱਢ ਕੇ 100 ਰੁਪਏ ਦਾ ਨੋਟ ਦੇ ਦਿੰਦੇ ਸੀ। ਹੁਣ ਜਦੋਂ ਬੁੱਲੇ ਸ਼ਾਹ ਦੀ ਵਾਰੀ ਆਈ ਤਾਂ ਇਹ ਵੀ ਇਸ਼ਕੀ ਆ ਗਾਣੇ, ਪਰ ਇਹਦਾ ਇਸ਼ਕ ਅੱਲਾ ਨਾਲ ਸੀਗਾ, ਤੇ ਉਹ ਉੱਥੇ ਜਾ ਕੇ ਕਹਿੰਦਾ ਇਹ ਤੋੜਾ ਝਾੜਿਆ ਕਰੇ ਆਪਣੇ ਗੁਰੂ ਦੇ ਸਾਹਮਣੇ। ਉਹਨੇ ਤਾਂ ਇਹਨੂੰ ਪਛਾਣਿਆ ਨਾ, ਇਹਨੇ ਵੀ ਮੇਰਾ ਤਾਂ ਗੁਰੂ ਆ ਬੈਠਾ, ਮੈਂ ਇਹਨੂੰ ਰਜਾਉਣਾ। ਉਹ ਰਜਾਉਂਦਾ ਸੀ ਅਮੀਰਾਂ ਨੂੰ ਕਿ ਅਮੀਰਾਂ ਕੋਲ ਪੈਸੇ ਲੈਣੇ ਹੁੰਦੇ, ਖੋਣੇ ਹੁੰਦੇ ਆ, ਇਹ ਤੋੜਾ ਝਾੜਿਆ ਕਰੇ ਜਿੱਥੇ ਇਸ਼ਕ ਦਾਦਾ ਆਵੇ ਉੱਥੇ ਆਪਣੇ ਗੁਰੂ ਦੇ ਸਾਹਮਣੇ। ਤੇ ਉਹ ਗੁਰੂ ਨੇ ਉਹਦੀ ਆਵਾਜ਼ ਪਛਾਣ ਲਈ, ਆਹੋ ਇਸ਼ਕੀ ਆ ਗਾਣੇ। ਕਹਿੰਦਾ ਬੁੱਲਾ ਚੈਨੀ ਟਹਿ ਗਿਆ, ਉਹਨੇ ਬਸ ਵੀ ਮੈਨੂੰ ਪਛਾਣ ਲਿਆ। ਕਹਿੰਦੇ ਜੀ ਬੁੱਲਾ ਨੀ ਭੁੱਲਾ, ਦੇਖੋ 12 ਸਾਲ ਇੰਨੇ ਤਸੀਹੇ ਸਹਿ ਕੇ ਇੰਨਾ ਕੁਛ ਕਰਕੇ ਫਿਰ ਗੁਰੂ ਨੂੰ ਮਨਾਇਆ, ਫਿਰ ਉਹਨੇ ਉੱਠ ਕੇ ਉਹਨੂੰ ਗੱਲ ਲਾ, ਉਹਦੀ ਬਖਸ਼ਿਸ਼ ਹੋ ਗਈ। ਉਹ ਤੁਹਾਨੂੰ ਹੈ ਭੁੱਖ ਹੈ ਜੀ, ਜਿੱਦਣ ਤੁਹਾਨੂੰ ਭੁੱਖ ਹੋ ਗਈ ਨਾ, ਦਰਵਾਜ਼ਾ ਤੁਹਾਡੇ ਵਾਸਤੇ ਫੌਰਨ ਖੁੱਲਾ ਹੈ, ਪਰ ਭੁੱਖ ਉਦੋਂ ਲੱਗਣੀ ਹੈ ਉਸ ਦੁਨੀਆਂ, ਮੈਂ ਮੇਰੀ ਤਾਂ ਆਇਆ ਦੁਨੀਆਂ ਦੀ ਭੁੱਖ ਹੈ, ਮੈਂ ਨੀ ਭੁੱਖ ਹੈ ਤੇ ਮੇਰੀ ਵੀ ਭੁੱਖ ਹੈ, ਉੱਥੇ ਤੂੰ ਤੇਰੀ ਦੀ ਭੁੱਖ ਹੈ, ਫਰਕ ਤਾਂ ਹੈ, ਮੈਂ ਤੇ ਮੇਰੀ ਤੇ ਤੂੰ ਤੇਰੀ ਚ ਫਰਕ ਹੈ। ਹੁਣ ਤੂੰ ਤੇਰੀ ਚ ਭੁੱਖ ਕੌਣ ਲਵਾਵੇ, ਜਿਹੜੇ ਤੂੰ ਤੇਰੀ ਵਾਲੇ ਕਿਹੜੇ ਬਾਣੀ ਜੀ ਚ ਲਿਖਿਆ ਗੁਰਮੁਖ ਪਿਆਰੇ ਸਹੀ ਪਿਆਰੇ ਮੇਲੀ ਜੀ ਨਾ ਮਿਲਿਆ ਤੇਰਾ ਨਾਮ ਚਿਤਾਵੇ, ਸਾਧ ਸੰਤ ਗੁਰਮੁਖ ਹਰ ਜਨ, ਇਹ ਜਿਹਾ ਲਫਜ਼ਾਂ ਨਾਲ ਇਹ ਗੁਰਮੁਖ ਪਿਆਰੇ ਉਸ ਦੇਸ਼ ਦੇ
ਉਹਨੇ ਹੱਥ ਕੁੰਜੀ ਕੀ ਹੈ। ਪਰ ਹੁਕਮ ਇਹ ਹੈ ਕਿ ਉੱਥੇ ਤਾਂ ਉਹੀ ਵੜ ਸਕਦਾ ਜਿਹੜਾ ਇੱਧਰ ਮਰ ਕੇ, ਦੂਸਰਾ ਨਹੀਂ ਵੜ ਸਕਦਾ, ਕਿਉਂਕਿ ਉੱਥੇ ਤਾਂ ਤੂੰ ਹੀ ਉਹ ਤੂੰ ਹੈ, ਉੱਥੇ ਮੈਂ ਮੇਰੀ ਤਾਂ ਹੈ ਨੀ, ਮੈਂ ਮੇਰੀ ਤਿੰਨਾਂ ਗੁਣਾ ਚ ਹੇਠਾਂ ਤਿੰਨਾਂ ਗੁਣਾ ਨੀ ਹੈ ਗੱਲਾਂ, ਹੈ ਮੈਂ ਮੇਰੀ, ਉਹਦੇ ਚੌਥੇ ਪਦ ਦੀ ਗੱਲ ਹੈ। ਬਸ ਸੰਤਨ ਹੱਥ ਰੱਖ ਕੇ ਕੁੰਜੀ, ਮੈਂ ਫਿਲਾਸਫੀਆਂ ਕਿੰਨੀਆਂ ਘੋਟੀ ਜਾਓ, ਕੁਛ ਕਰੀ ਜਾਓ, ਬਈ ਕੱਲ ਤਾਂ ਆ ਗੁਰੂ ਸਾਹਿਬ ਨੇ ਫੈਸਲਾ ਕੀਤਾ, ਉਹਨਾਂ ਦੀ ਬਾਣੀ ਪੂੰਜੀ, ਜੇ ਉਹ ਪੂੰਜੀ ਲੈਣੀ ਹੈ ਉਹਨਾਂ ਦੀ ਬਾਣੀ ਦੀ, ਤੇ ਫਿਰ ਉਹਦੀ ਹੱਥ ਪੂੰਜੀ ਤਾਂ ਸੰਤਨ ਹੱਥ ਦਿੰਦੀ। ਮੈਂ ਉਸੇ ਲੇਖ ਚ ਲਿਖਿਆ ਹੋਇਆ ਬੁੱਝਣਾ ਸੀਜਣਾ ਪਛਾਣਨਾ ਚੀਨਣਾ, ਉਸ ਲੇਖ ਵਿਚ ਲਿਖਿਆ ਹੈ। ਸੋ ਬਈ ਅਰੇ ਮਰੇ ਨੀ ਸੀ, ਅਜੇ ਤਾਂ ਮਰਨਾ ਤੇ ਇੱਕ ਪਾਸੇ ਰਿਹਾ, ਮੈਂ ਮੇਰੀ ਨੂੰ ਹੋਰ ਪੱਠੇ ਪਾਈ ਜਾਂਦੇ ਰੋਜ਼ ਰੋਜ਼, ਮੈਂ ਮੇਰੀ ਨੂੰ ਪੱਠੇ ਪਾਈ ਜਾਂਦੇ। ਇਹਨੇ ਹੋਰ ਮੋਟੀ ਕਰੀ ਜਾਂਦੇ ਆ ਗਾਈਆਂ ਰੱਖਦੇ ਆ ਇੱਥੇ, ਮੈਂ ਸੁਣਿਆ ਵੀ ਇਹ ਗਾਈਆਂ ਦੁੱਧ ਵਾਸਤੇ ਬਹੁਤ ਘੱਟ ਰੱਖਦੇ ਆ, ਇਹਦੇ ਮੋਟੀਆਂ ਕਰਦੇ ਤਾਂ ਤੋਲ ਕੇ ਵੇਚਦੇ ਫਿਰ ਗਾਈਆਂ ਨੂੰ, ਬੀਫ ਜ਼ਿਆਦਾ ਨਿਕਲੇ ਮੋਟੇ ਕਰਨ ਵਾਸਤੇ, ਉਹ ਅਸੀਂ ਤਾਂ ਇਹ ਬੀਫ ਨੂੰ ਹੋਰ ਮੋਟਾ ਕਰੀ ਜਾਂਦੇ, ਮੈਂ ਮੇਰੀ ਨੂੰ ਹੋਰ ਮੋਟਾ ਕਰੀ ਜਾਂਦੇ, ਕੋਈ ਪੈਸਿਆਂ ਨਾਲ ਕਰੀ ਜਾਂਦਾ, ਡਾਲਰ ਨਾਲ ਕਰੀ ਜਾਂਦਾ, ਕੋਈ ਮੇਕਅਪ ਨਾਲ ਕਰੀ ਜਾਂਦਾ, ਕੋਈ ਕੱਪੜਿਆਂ ਨਾਲ ਕਰੀ ਜਾਂਦਾ, ਕੋਈ ਪੁੱਤਰਾਂ ਧੀਆਂ ਨਾਲ ਕਰੀ ਜਾਂਦਾ, ਕੋਈ ਪਾਠਾਂ ਨਾਲ ਕਰੀ ਜਾਂਦਾ, ਮੈਂ ਮੇਰੀ ਨੂੰ ਪੱਠੇ ਪਾਏ ਜਾਂਦੇ, ਮਦਦ ਕੋਈ ਵੀ ਨਹੀਂ ਹੈ, ਨਾ ਬੰਦ ਦੀ ਲੋੜ ਹੈ, ਬਾਣੀ ਇੱਕ ਸਾਰੀ ਕਹਿੰਦੀ ਹੈ ਮੋਏ ਬਿਨ ਜੀਵਨ ਨਾ ਹੀ, ਹਾਏ 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 ਹਾਏ, ਉਹ ਜੀਵਨ ਨਹੀਂ ਭਾਈ, ਇੱਥੋਂ ਮਰਨਾ ਪੜੇਗਾ, ਅੱਜ ਮਰੋ ਕੱਲ ਮਰੋ, ਤੁਹਾਡੀ ਮਰਜ਼ੀ ਹੈ, ਨਹੀਂ ਮਰਨਾ, ਨਹੀਂ ਕਿਸੇ ਨੂੰ ਮਰਨ ਦੀ ਲੋੜ ਨਹੀਂ, ਹਾਂ ਮਰਨਾ ਹੈ, ਨਹੀਂ ਅਜੇ ਨਹੀਂ, ਅਜੇ ਤਾਂ ਪੋਤਰੇ ਦੇਖਣੇ, ਫਿਰ ਪੋਤ ਨੋਹਾਂ ਦੇਖਣੀ, ਵਾਹਿਗੁਰੂ ਉਹ ਦਿੱਲੀ ਦੂਰ ਅਸਤ ਬਈ, ਅੱਛਾ ਇਹ ਮਾੜੀ ਕੋਈ ਆਉਣੇ ਕਹਿ ਰਹੇ ਹੋ ਤੇ ਉੱਥੇ ਹੀ ਨਿੱਕੀ ਜਿਹੀ ਗੱਲ ਹੋ ਗਈ, ਉੱਥੇ ਚੁੱਪ ਜਾਂਦੀ ਸਾਨੂੰ, ਐਡੀ ਮੋਟੀ ਇੰਨੀ ਤਿੱਖੀ ਇੰਨੀ ਕਸੀ ਹੋਈ ਹੈ, ਸਾਰਿਆਂ ਨੇ ਇੰਨੀ ਕਸੀ ਹੋਈ ਹੈ, ਢੋਲਕੀ ਆਪਣੀ ਮਾੜਾ ਜਿਹਾ ਉੱਪਰ ਲਾਈ ਕਿਸੇ ਲੱਗ ਜਾ ਉੱਥੇ ਬੋਲ ਪੈਂਦੀ ਹੈ, ਮੈਂ ਇਹਨੂੰ ਇੰਨਾ ਤਿੱਖਾ ਕੀਤਾ ਹੋਇਆ ਹੈ। ਉੱਥੇ ਦੇਰ ਨੀ ਹੈ, ਉੱਥੇ ਦਰਵਾਜ਼ੇ ਖੁੱਲੇ ਹੈ, ਕੋਈ ਕੋਈ ਉੱਥੇ ਜਾਣਾ ਮੰਗੇ, ਖੁਆਇਸ਼ ਹੋਵੇ, ਭੁੱਖ ਲੱਗੇ, ਤੇ ਫਿਰ ਉਹ ਇਹੋ ਜਿਹੀ ਭੁੱਖ ਲੱਗੇ ਕਿ ਮੈਂ ਤੇ ਮੇਰੀ ਵੀ ਨਾ ਉਹਨੂੰ ਚੰਗੀ ਲੱਗੇ, ਮੈਂ ਮੇਰੀ ਤੋਂ ਵੀ ਮਰ ਜਾਵੇ, ਤੂੰ ਕਰਤਾ ਤੂੰ ਪਿਆ, ਤੂੰ ਕਰਤਾ ਤੂੰ ਪਿਆ, ਪਰ ਇਹ ਕਦੋਂ ਹੋਊਗੀ, ਜਦੋਂ ਮਹਾਂਪੁਰਖਾਂ ਦੀ ਸੰਗਤ ਕਰਾਂਗੇ, ਬਾਣੀ ਸੰਗਤ ਹੈ, ਬਾਣੀ ਮਹਾਂਪੁਰਖ ਦੀ ਹੈ, ਬਾਣੀ ਸੰਗਤ ਹੈ, ਤਾਂ ਨਹੀਂ ਐਸੇ ਨਹੀਂ ਪੁੱਧੀ ਨਹੀਂ ਲੰਘ ਜਾਣਾ, ਇਹ ਬਾਣੀ ਨੂੰ ਬਹੁਤ ਡੂੰਘਾਈ ਹੈ, ਤੇ ਫਿਰ ਜਿੱਦਣ ਮਨ ਨੂੰ ਜੀ ਕੀਤਾ ਨਾ, ਸੰਗਤ ਮਿਲ ਜਾਂਦੀ ਹੈ, ਕਿਰਪਾ ਕਰੇ ਜੇ ਆਪਣੀ ਤਾਂ ਹੋਵੇ ਸਾਧੂ ਸੰਗ, ਫਿਰ ਹੋਰ ਵਧਾਉਂਦਾ ਹੈ, ਹੋਰ ਵਧਾਉਂਦਾ ਵਧਾਉਂਦਾ, ਇਸ ਤਰ੍ਹਾਂ ਵਧਾਉਂਦਾ ਵਧਾਉਂਦਾ ਵਧਾਉਂਦਾ, ਉਹਦੀ ਮੈਂ ਮਰਦੀ ਜਾਂਦੀ ਹੈ, ਮਰਦੀ ਜਾਂਦੀ ਹੈ, ਤੇ ਦੂਏ ਪਾਸੇ ਭੁੱਖ ਲੱਗਦੀ ਜਾਂਦੀ ਹੈ, ਬਸ ਅਖੀਰ ਮੁੱਕਦੀ ਗੱਲ ਹੈ ਕਿ ਜਿਹਨ ਕੋ ਲੱਗੀ ਪਿਆਸ ਅੰਮ੍ਰਿਤ ਹੈ, ਜਿਹਨੂੰ ਭੁੱਖ ਲੱਗੇਗੀ ਉਸੇ ਨੂੰ ਉਧਰੋਂ ਭੋਜਨ ਮਿਲੇਗਾ, ਉਸੇ ਵਾਸਤੇ ਦਰਵਾਜ਼ਾ ਖੁੱਲਾ, 24 ਘੰਟੇ ਖੁੱਲਾ, ਕੁੰਜੀ ਸੰਤਾਂ ਹੱਥ ਰੱਖੀ, ਦੂਸਰਾ ਦੇਸ਼ ਹੈ ਨਾ ਇਹ ਦੇਸ਼ ਨੂੰ, ਇਹ ਤਿੰਨਾਂ ਗੁਣਾਂ ਦਾ ਹੋਂ ਦਾ ਦੇਸ਼ ਹੈ, ਉਹ ਤੂੰ ਤੇਰੀ ਦਾ ਦੇਸ਼ ਹੈ, ਉਹ ਵੀ ਤੁਹਾਡੀ ਮਰਜ਼ੀ ਹੈ, ਬਾਣੀ ਤਾਂ ਇਉਂ ਦੱਸਦੀ ਹੈ, ਅਸੀਂ ਤਾਂ ਇੱਕ ਤੁੱਕ ਦੀ ਵਿਆਖਿਆ ਕੀਤੀ ਹੈ ਕਿ ਤੁਹਾਡੀ ਮਰਜ਼ੀ ਹੈ, ਬਸ ਕਰੋ, ਵਾਹਿਗੁਰੂ ਜੀ।